श्री मुक्तसर साहिब दे नेड़ले पिंड वड़िंग विखे चोरां ने शमशान घाट नूं निशाना बनाया। दस दिए कि शमशान घाट विखे अंतिम संस्कार लई लगाई गई ग्रिल भी चोरी कर ली गई है। फिलहाल पिंड वासी इस घटना तो हैरान हन अते कारवाई दी मंग कर रहे हन। ब्यूरो रिपोर्ट अज दी आवाज़। ਤਰਸੇਮ ਸਿੰਘ ਜੀ ਨਾਮ ਮੇਰਾ। ਤੁਹਾਡੇ ਪਿੰਡ ਚੋਰੀ ਹੋਈ ਹੈ ਸ਼ਮਸ਼ਾਨ ਘਾਟ 'ਚ, ਕੀ ਕਹਿਣਾ ਚਾਹੁੰਦੇ? ਇਹ ਸਭ ਨਸ਼ੇੜੀਆਂ ਨੇ ਕੀਤਾ ਜੀ ਕੰਮ। ਇਹ ਨਸ਼ੇੜੀਆਂ ਨੂੰ ਬੇਨਤੀ ਹੈ ਵੀ ਸ਼ਮਸ਼ਾਨ ਘਾਟ ਤਾਂ ਬਖਸ਼ ਦਿਓ ਇਕੱਲਾ, ਹੋਰ ਤਾਂ ਜਿਹੜਾ ਕੋਈ ਕਰਦੇ ਹਾਂ ਕਰੀ ਜਾਂਦੇ ਹਾਂ। ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਦੀਆਂ ਕੋਈ ਕਾਰਵਾਈਆਂ ਕਰੇ, ਕੋਈ ਇਹਨਾਂ ਨੂੰ ਫੜੇ ਨਸ਼ੇੜੀਆਂ ਨੂੰ ਸਾਰਿਆਂ ਨੂੰ। ਮੇਰਾ ਨਾਮ ਜਗਦੀਪ ਸਿੰਘ ਹੈ ਜੀ, ਮੈਂ ਮੈਂਬਰ ਪੰਚਾਇਤ ਹਾਂ ਪਿੰਡ ਵਰਿੰਗ ਦਾ। ਵੀਰ ਜੀ, ਜੇ ਤੁਹਾਡੇ ਪਿੰਡ ਸ਼ਮਸ਼ਾਨ ਘਾਟ 'ਚ ਗਰਿੱਲਾ ਚੋਰੀ ਹੋਈ ਹੈ, ਕੀ ਕਹਿਣਾ ਚਾਹੁੰਦੇ? ਇਹ ਬਹੁਤ ਮਾੜੀ ਗੱਲ ਹੈ। ਇਹ ਜਿਹੜੀ ਕੰਮ ਹੋਇਆ, ਜਿਹੜੇ ਨਸ਼ੇੜੀ ਆ ਇਹ ਕੰਮ ਕਰਦੇ ਆ, ਜਿਹੜੇ ਪਿੰਡ ਦੀ ਸਾਂਝੀ ਜਗ੍ਹਾ ਜਿੱਥੇ ਸ਼ਮਸ਼ਾਨ ਘਾਟ ਹਰੇਕ ਬੰਦੇ ਨੇ ਮਰਨ ਤੋਂ ਬਾਅਦ ਸ਼ਿਕਾਰ ਹੋਣਾ, ਤਾਂ ਉੱਥੇ ਜੇ ਲੋਕ ਚੋਰੀ ਕਰਨ ਉਹਨੇ ਹਟਦੇ ਤਾਂ ਇਦੋਂ ਬਾਅਦ ਮਾੜੀ ਹੋਰ ਕੀ ਗੱਲ ਹੋ ਸਕਦੀ ਆ। ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਇਸ ਦੇ ਸ਼ਰਾਰਤੀ ਅੰਸਰਾਂ 'ਤੇ ਨਕੇਲ ਪਾਈ ਜਾਵੇ ਅਤੇ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਕੀ ਦਰਖਾਸਤ ਦਿੱਤੀ ਕਿਸੇ? ਹਾਂ, ਦਰਖਾਸਤ ਅਸੀਂ ਦੇ ਰਹੇ ਹਾਂ ਜੀ ਹੁਣ ਪੰਚਾਇਤ ਨੂੰ। ਮੇਰਾ ਨਾਮ ਹੈਗਾ ਜੀ ਪਿੰਦਰ ਮੈਂਬਰ। ਮੈਂਬਰ ਜੀ, ਤੁਹਾਡੇ ਪਿੰਡਾਂ 'ਚ ਸ਼ਮਸ਼ਾਨ ਘਾਟ ਵਿੱਚ ਚੋਰੀ ਹੋਈ ਹੈ, ਕੀ ਕਹਿਣਾ ਚਾਹੁੰਦੇ? ਇਹ ਜੀ ਬਹੁਤ ਮਾੜੀ ਗੱਲ ਹੈ ਜਿਹੜੀ ਵੀ ਹੋਈ ਹੈਗੀ ਹੈ। ਅਤੇ ਨਸ਼ੇ ਦੀ ਪੂਰਤੀ ਲਈ ਇਹ ਚੋਰਾਂ ਨੇ ਆਪਦੇ ਨਸ਼ੇ ਦੀ ਪੂਰਤੀ ਲਈ ਇਹ ਐਂਗਲਾਂ ਲਾ ਲਈਆਂ ਹੈਗੀਆਂ, ਅਤੇ ਅਸੀਂ ਇਹ ਕੰਮ ਦੇ ਬਹੁਤ ਹੀ ਨਿੰਦਾ ਕਰਦੇ ਹੈਗੇ ਹਾਂ, ਕਿਉਂਕਿ ਇਹ ਵੀ ਜੋ ਵੀ ਕਿਸੇ ਇੱਦਾਂ ਗਰੀਬ ਆ ਜਾਂ ਕੋਈ ਵੀ ਆ, ਹਰੇਕ ਦੀ ਸਾਂਝੀ ਜਗ੍ਹਾ ਸੀਗੀ ਅਤੇ ਸ਼ਿਕਾਰ ਕਰਨ ਵਾਸਤੇ ਸੀਗੀ ਜਗ੍ਹਾ ਬਣਾਈ ਹੋਈ, ਅਤੇ ਇਹਦੀਆਂ ਉਹਨਾਂ ਨੇ ਉਹ ਐਂਗਲਾਂ ਲਾ ਲਈਆਂ ਹੈਗੀਆਂ ਲੋਹੇ ਦੀਆਂ ਜੀ ਆਪਦੇ ਨਸ਼ੇ ਦੀ ਖਾਤਰ। ਅਸੀਂ ਇਹ ਪੁਲਿਸ ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਵੀ ਇਹ ਮੰਗ ਕਰਦੇ ਹੈਗੇ ਹਾਂ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਤਾਂ ਜੋ ਕੋਈ ਵੱਡੀ ਕੋਈ ਕਾਰਵਾਈ ਨਾ ਹੋ ਸਕੇ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।